ਕਿਵੇਂ ਘਰਾਂ ਚ ਗੱਡੀਆਂ ਚੜਾਈਆਂ ਗਈਆਂ ਮੱਜਾਂ ਚੜਾਈਆਂ ਗਈਆਂ ਹਰ ਚੀਜ਼ ਕੋਠਿਆਂ ਤੇ ਚੜਾ ਲਈ ਗਈ ਆ ਜਲੀਵਾਰਦਾ 2019 ਦਾ ਨੁਕਸਾਨ ਆ ਕਿ ਇਹਨਾਂ ਨੇ ਰੈਂਪ ਬਣਾਇਆ ਦੇਖੋ ਰੈਂਪ ਬਣਾਇਆ ਹੋਇਆ 2019 ਦੇ ਨੁਕਸਾਨ ਤੋਂ ਸਿੱਖਿਆ ਹਰ ਬੰਦੇ ਦੇ ਹੱਥ 'ਚ ਇਸ ਤੁਹਾਨੂੰ ਇਸ ਪਿੰਡ 'ਚ ਟਿਊਬ ਮਿਲੂਗੀ ਤਾਂ ਕਿ ਡੁੱਬਣ ਦੇ ਖਤਰੇ ਤੋਂ ਬਚਿਆ ਜਾ ਹਰ ਇੱਕ ਹਰ ਬੰਦੇ ਕੋਲ ਟਿਊਬ ਆ ਜਿਹਨੇ ਵੀ ਸਾਮਾਨ ਆਗਾ ਚਾਹੇ ਉਹ ਗੈਸ ਆ ਚਾਹੇ ਕੁਝ ਵੀ ਆ ਉਹ ਸਭ ਕੁਝ ਘਰ ਦੇ ਉੱਪਰ ਆ ਫ੍ਰਿਜ ਤੱਕ ਤੁਸੀਂ ਫ੍ਰਿਜ ਦੇਖ ਰਹੇ ਹੋ ਵਾਸ਼ਿੰਗ ਮਸ਼ੀਨ ਫ੍ਰਿਜ ਦੇਖੋ ਸਾਹਮਣੇ ਕਿਉਂਕਿ ਲਾਈਟ ਇੱਥੇ ਨਹੀਂ ਆ ਤਾਂ ਉਹ ਵੀ ਘਰ ਦੇ ਉੱਪਰ ਆ ਹੁਣ ਅਸੀਂ ਪਹਿਲੇ ਕਲੇ ਘਰ ਚ ਪਾਣੀ ਆਗਾ ਅੱਜਾਂ ਵੀ ਕੋਠਿਆਂ ਤੇ ਛਾੜ ਦਿੱਤੀਆਂ ਨੇ ਉਹ ਦੇਖੋ ਤੁਸੀਂ ਉਹ ਕੱਟੀ ਆ ਜਿਹੜੀ ਕੋਠੇ ਤੇ ਛਾੜੀ ਹੋਈ ਆ ਤਾਂ ਇਹ ਕੰਨੀਆਂ ਦੇ ਉੱਤੇ ਵਸੇ ਹੋਏ ਜਿਹੜੇ ਲੋਕ ਨੇ ਵਿਚਾਰੇ ਉਹਨਾਂ ਦੀ ਹਾਲਤ ਹੋਰ ਵੀ ਮਾੜੀ ਅੱਗੇ ਤੱਕ ਦੇਖੋ ਕਿਵੇਂ ਉਹਨਾਂ ਨੇ ਕਾਲੇ-ਕਾਲੇ ਟੈਂਟ ਲਾ ਕੇ ਆਪਦੇ ਜਿੰਨੇ ਕਿ ਜੋ ਕੇ ਸਾਧਨ ਉਹਨਾਂ ਕੋਲ ਨੇ ਵਿਚਾਰੇ ਉਹਨਾਂ ਨੇ ਉਹ ਸਾਧਨਾ ਚ ਮੈਨੇਜ ਕੀਤਾ ਹੋਇਆ ਇਹ ਪੂਰਾ ਬਿਲਕੁਲ ਲਾਸਟ ਟੂ ਹਿਊਮਨ ਕਰਕੇ ਇਧਰਲੇ ਪਾਸੇ ਤੋਂ ਆਪਾਂ ਸਾਰਾ ਦਿਖਾ ਦਈਏ ਬਿਲਕੁਲ ਸਿਰੇ ਤੇ ਅਗਰ ਤੁਸੀਂ ਟਾਪ ਦੇ ਉੱਤੇ ਬਿਲਕੁਲ ਲਾਸਟ ਜਾऊं ਜਿੱਥੇ ਤੱਕ ਪਾਣੀ ਆਗਾ ਜਿੱਥੇ ਤੱਕ ਪਾਣੀ ਆ ਦੇਖੋ ਤੁਸੀਂ ਇਹ ਹਾਲਾਤ ਨੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈਗੀ ਮੈਂ ਜਿੱਥੇ ਖੜਾਂਗਾ ਇਸੇ ਕਰਕੇ ਸਭ ਤੋਂ ਟਾਪ ਦੀ ਜਿਹੜੀ ਕੋਠੀ ਸੀ ਜੀ ਅਸੀਂ ਉਹਦੇ ਤੇ ਆ ਕੇ ਚੜਿਆਂਗੇ ਇੱਥੇ ਇਸ ਪਿੰਡ ਦੇ ਅੰਦਰ ਕੀ ਕੋਈ ਐਡਮਿਨਿਸਟ੍ਰੇਸ਼ਨ ਤੋਂ ਆਇਆ ਪ੍ਰਸ਼ਾਸਨ ਤੋਂ ਆਇਆ ਨਹੀਂ ਕੋਈ ਨਹੀਂ ਆਇਆ ਪ੍ਰਸ਼ਾਸਨ ਤੋਂ ਕੋਈ ਨਹੀਂ ਆਇਆ ਇਹ ਵੀ ਅਸੀਂ ਬਾਰ-ਬਾਰ ਹਰ ਥਾਂ ਸੁਣ ਰਹੇ ਆਂ ਪ੍ਰਸ਼ਾਸਨ ਤੋਂ ਪਹੁੰਚ ਨਹੀਂ ਆ ਐਨ ਜੀਓਜ਼ ਆ ਰਹੀਆਂ ਨੇ ਪਟਾਸੀ ਜੀ ਜਿਹੜਾ ਸਾਡੇ ਨਾਲ ਹਾਲ ਹੋਇਆ ਨਾ ਇੱਕ ਦਿਓ ਪਰਮਾਤਮਾ ਜਿਹੜਾ ਰੱਬ ਸਾਨੂੰ ਬਚਾ ਜਾਂਦਾ ਤੇ ਨਹੀਂ ਤੇ ਸਾਡੇ ਜੀਵਨ ਦੀ ਤਾਂ ਹਾਲ ਹੀ ਹੈ ਨਹੀਂ ਇੱਥੇ ਉਡੀ ਚ ਭਾਵਨਾ ਆਉਂਦੀ ਜਿਵੇਂ ਸਿੱਖੀ ਚੇ ਭਾਵਨਾ ਗਈ ਵੱਖ-ਵੱਖ ਸੰਸਥਾਵਾਂ ਇੰਸਟੀਟਿਊਸ਼ਨਾਂ ਚ ਭਾਵਨਾ ਤੁਹਾਡੇ ਕਰੇ ਮੈਂ ਦੇਖ ਰਿਹਾ ਵੀ ਸੇਵਾ ਵਾਲਾ ਭਾਵ ਤੁਹਾਡੇ ਚ ਬਹੁਤ ਆ ਸਾਰੇ ਘਰਾਂ ਦੇ ਆ ਕੇ ਮੋਟਰਸਾਈਕਲ ਲਾਤੇ ਗੱਡੀਆਂ ਲਾਤੀਆਂ ਛੱਡੀ ਆਦਤ ਆ ਜੇ ਕੋਈ ਵੀ ਆ ਜਾਵੇ ਨਾ ਸਾਡੇ ਕੋਲ ਜੇ ਇੱਕ ਰੋਟੀ ਹੈ ਤੇ ਅਸੀਂ ਉਹ ਗਣਾ ਫੜ ਤੂੰ ਲੈ ਜਾ ਸਾਨੂੰ ਮਾਲਕ ਦੇਊਗਾ ਸਾਨੂੰ ਦਿੰਦਾ ਵੀ ਆ ਜਲੰਧਰ ਜ਼ਿਲ੍ਹੇ ਚ ਹੜ੍ਹਾਂ ਦੀ ਵੱਡੀ ਮਾਰ ਆ ਖਾਸ ਤੌਰ ਤੇ ਮੁੰਡੀ ਚੋਲੀਆਂ ਪਿੰਡ ਦੇ ਟੌਪ ਤੇ ਖੜੇ ਹੋ ਕੇ ਅਸੀਂ ਤੁਹਾਨੂੰ ਉਹ ਸ਼ਾਟ ਦਿਖਾ ਰਹੇ ਹਾਂ ਪਹਿਲਾਂ ਬੋਟਸ ਦੇ ਜ਼ਰੀਏ ਦਿਖਾ ਰਹੇ ਸੀ ਪੂਰਾ ਪਿੰਡ ਕਿਵੇਂ ਡੁੱਬਿਆ ਹੋਇਆ ਕਿਵੇਂ ਘਰਾਂ ਚ ਗੱਡੀਆਂ ਚੜਾਈਆਂ ਗਈਆਂ ਮੱਝਾਂ ਚੜਾਈਆਂ ਗਈਆਂ ਹਰ ਚੀਜ਼ ਕੋਠਿਆਂ ਤੇ ਚੜਾ ਲਈ ਗਈ ਆ ਤੁਸੀਂ ਦੇਖ ਰਹੇ ਹੋ ਇੱਥੋਂ ਆ ਗੱਡੀਆਂ ਤੁਸੀਂ ਦੇਖ ਰਹੇ ਹੋਗੇ ਉਹ ਰੈਂਪ ਆਗਾ ਰੈਂਪ ਤੋਂ ਉੱਪਰ ਗੱਡੀਆਂ ਨੇ ਜਿਹੜੀਆਂ ਉਹ ਚੜਾਈਆਂ ਹੋਈਆਂ ਨਹੀਂਆਂ ਔਰ ਪਿਛਲਾ ਐਕਸਪੀਰੀਅੰਸ 2019 ਦਾ ਇਹਨਾਂ ਦਾ ਇਹ ਦੱਸਦਾ ਕਿ ਇਸ ਤਰ੍ਹਾਂ ਹੋ ਸਕਦਾ ਹੁਣ ਲੋਕੇ ਵੀ ਗੱਲ ਕਰ ਰਹੇ ਨੇ ਕਿ ਵੋਟਾਂ ਵੀ ਅਸੀਂ ਆਪਣੀਆਂ ਲੈ ਲਈਏ ਕਿਸ਼ਤੀਆਂ ਆਪਣੀਆਂ ਲੈ ਲਈਏ ਤਾਂ ਕਿ ਮੌਕੇ ਤੇ ਸੰਭਲ ਸਕੀਏ ਪਿਛਲੀ ਵਾਰ ਦਾ 2019 ਦਾ ਨੁਕਸਾਨ ਆ ਕਿ ਇਹਨਾਂ ਨੇ ਰੈਂਪ ਬਣਾਇਆ ਦੇਖੋ ਰੈਂਪ ਬਣਾਇਆ ਹੋਇਆ 2019 ਦੇ ਨੁਕਸਾਨ ਤੋਂ ਸਿੱਖਿਆ ਔਰ ਮੱਜਾਂ ਵੀ ਤੁਸੀਂ ਦੇਖੋ ਘਰ ਦੇ ਅੰਦਰ ਖੜੀਆਂ ਨੇ ਤੂੜੀ ਵਾਲੀ ਟਰਾਲੀ ਵੀ ਘਰ ਦੇ ਅੰਦਰ ਖੜੀ ਹੈ ਮੋਟਰਸਾਈਕਲਾਂ ਦੀ ਤਾਂ ਕੋਈ ਗਿਣਤੀ ਨਹੀਂ ਕਿਉਂਕਿ ਆਲੇ-ਦਾਲੇ ਦੇ ਘਰਾਂ ਦੇ ਲੋਕ ਵੀ ਲਾਗੇ ਹੋਣਗੇ ਔਰ ਗੱਡੀਆਂ ਤਿੰਨ-ਤਿੰਨ ਗ ਇੱਥੇ ਖੜਾਈਆਂ ਹੋਈਆਂ ਨੇ ਤਿੰਨ ਤਿੰਨ ਗੱਡੀਆਂ ਤੇ ਅਗਰ ਤੁਸੀਂ ਹੋਰ ਪਾਸੇ ਨਜ਼ਰ ਵਾਰੋ ਮੈਂ ਇੱਕ ਵਾਰ ਦਿਖਾਦਾ ਪੂਰਾ ਪਿੰਡ ਪਹਿਲਾਂ ਤਾਂ ਅੱਗੇ ਦੇਖੋ ਕਿਸ ਤਰ੍ਹਾਂ ਅੱਗੇ ਤੱਕ ਦੇਖੋ ਕਿਵੇਂ ਟੈਂਟ ਲੱਗੇ ਹੋਏ ਨੇ ਹਰ ਘਰ ਦੇ ਉੱਪਰ ਉਹ ਸਾਹਮਣੇ ਨੀਲਾ ਟੈਂਟ ਲੱਗਿਆ ਇੱਥੇ ਦੇਖੋ ਕਾਲਾ ਟੈਂਟ ਲੱਗਿਆ ਹੋਇਆ ਹੈਗਾ ਆ ਮੰਜੇ ਦੇਖ ਲਓ ਤੁਸੀਂ ਕਿਵੇਂ ਧੁੱਪ ਤੋਂ ਬਚਣ ਲਈ ਦਿਨ 'ਚ ਕਿਸੇ ਨੇ ਆਇਆ ਲਾਇਆ ਹੋਇਆ ਵੀ ਧੁੱਪ ਤੋਂ ਬਚਣ ਲਈ ਇੱਧਰ ਸੂਰਜ ਹੋਊਗਾ ਵੀ ਬੰਦਾ ਉੱਥੇ ਜਦੋਂ ਪੈ ਰਿਹਾ ਸਾਰੇ ਲੋਕ ਕੋਠਿਆਂ ਤੇ ਨੇ ਔਰ ਇਹ ਲੋਕਾਂ ਦੀ ਵੱਡੀ ਸ਼ਿਕਾਇਤ ਹੈ ਕਿ ਪਾਣੀ ਪੀਣ ਵਾਲੇ ਪਾਣੀ ਦੀ ਸਰਕਾਰ ਨੂੰ ਮਦਦ ਕਰ ਰਹੇ ਨੇ ਅਪੀਲ ਕਰ ਰਹੇ ਨੇ ਸੌਰੀ ਮਦਦ ਦੀ ਐਨ ਜੀਓਜ਼ ਨੂੰ ਕਰ ਰਹੇ ਨੇ ਹੋਰ ਲੋਕਾਂ ਨੂੰ ਕਰ ਰਹੇ ਨੇ ਇੱਥੇ ਇੱਕ ਐਨ ਜੀਓ ਬਾਈ ਮਨਜੋਤ ਹੋਰਾਂ ਦੀ ਆਈ ਹੈ ਜਿਹੜੀ ਇੱਥੇ ਪਾਣੀ ਦੇ ਰਹੀ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਬਾਕੀ ਵੀ ਇੱਥੇ ਲੋਕਾਂ ਨੂੰ ਆਉਣ ਦੀ ਲੋੜ ਆ ਜਾਂ ਸਰਕਾਰ ਨੂੰ ਪਾਣੀ ਪਾਣੀ ਕਿਉਂਕਿ ਐਨ ਡੀ ਆਰ ਐਫ ਦੀਆਂ ਵੋਟਾਂ ਨਹੀਂ ਲੈ ਕੇ ਆ ਰਹੀਆਂ ਮਨਜੋਤ ਬਾਈ ਹੋਰਾਂ ਨੇ ਸਪੈਸ਼ਲ ਵੋਟਾਂ ਲਾਈ ਹੋਈਆਂ ਨੇ ਤਾਂਕਿ ਮਦਦ ਹੋਵੇ ਇਹਨਾਂ ਦੀ ਤੁਸੀਂ ਦੇਖ ਰਹੇ ਹੋ ਆਲੇ-ਦਾਲੇ ਇਧਰਲੇ ਪਾਸੇ ਮੈਂ ਹੁਣ ਸਾਰਾ ਇੱਕ ਵਾਰ ਤੁਹਾਨੂੰ ਪੈਨ ਕਰਕੇ ਦਿਖਾ ਰਿਹਾ ਆ ਸਾਹਮਣੇ ਤੁਸੀਂ ਦੇਖੋ ਕਿਵੇਂ ਪਾਣੀ ਭਰਿਆ ਪਿਆ ਹੈਗਾ ਔਰ ਲੋਕ ਕਿਵੇਂ ਦੇਖੋ ਇੱਕ ਪਾਸੇ ਚਲਾ ਰਿਹਾ ਹੈਗਾ ਆਪਣੀ ਰੇੜੀ ਸਾਹਮਣੇ ਦੇਖੋ ਮੁੰਡਾ ਇੱਕ ਪਾਸੇ ਰੇੜੀ ਹਰ ਬੰਦੇ ਦੇ ਹੱਥ 'ਚ ਇਸ ਤੁਹਾਨੂੰ ਇਸ ਪੈਂਡ 'ਚ ਟਿਊਬ ਮਿਲੂਗੀ ਤਾਂ ਕਿ ਡੁੱਬਣ ਦੇ ਖਤਰੇ ਤੋਂ ਬਚਿਆ ਜਾ ਹਰ ਹਰ ਬੰਦੇ ਕੋਲ ਟਿਊਬ ਆ ਤਾਂ ਕਿ ਜੇ ਕਿਤੇ ਜ਼ਿਆਦਾ ਪਾਣੀ ਹੋਵੇ ਤਾਂ ਘਟੋ ਘਟ ਟਿਊਬ ਨੂੰ ਹੱਤਪਾਲੇ ਹਰ ਬੰਦਾ ਇੱਥੇ ਜਦੋਂ ਮੂਵ ਹੋ ਰਿਹਾ ਟਿਊਬ ਦੇ ਨਾਲ ਮੂਵ ਹੋ ਰਿਹਾ ਹੈਗਾ ਅਸੀਂ ਇੱਕ ਹੋਰ ਚੀਜ਼ ਦੇਖੀ ਹੁਣ ਤੁਹਾਨੂੰ ਦਿਖਾਉਣਿਆਂ ਆਲੇ-ਦਾਲੇ ਸਾਰੇ ਕਿਤੇ ਇਧਰਲੇ ਪਾਸੇ ਆਜੋ ਆ ਦੇਖੋ ਆ ਘਰਾਂ ਦੇ ਦੇਖ ਉਹ ਕੋਠੇ ਦੇ ਉੱਪਰ ਹੀ ਰੱਖਿਆ ਢੋਲ ਦੇਖ ਲਓ ਕਰਾਂ ਦੇ ਉੱਪਰ ਹੀ ਹੈਗੇ ਆ ਢੋਲ ਅੰਦਰ ਰੱਖੇ ਨੇਗੇ ਔਰ ਰੋ ਖਾਣਾ ਪਾਣੀ ਦੇਖ ਲਓ ਤੁਸੀਂ ਔਰ ਰਸੋਈ ਦੇਖ ਲਓ ਘਰ ਦੇ ਉੱਪਰ ਹੀ ਰਸੋਈ ਹੈ ਖਾਣਾ ਬਣ ਰਿਹਾ ਹੈ ਗੈਸ ਟਾਈਮ ਉਹਨਾਂ ਨੇ ਘਰ ਦੇ ਉੱਪਰ ਹੀ ਪੇਟੀਆਂ ਪਈਆਂ ਨੇ ਸਾਰਾ ਜਿੰਨੇ ਵੀ ਸਾਮਾਨ ਆਗਾ ਚਾਹੇ ਉਹ ਗੈਸ ਆ ਚਾਹੇ ਕੁਝ ਵੀ ਆ ਉਹ ਸਭ ਕੁਝ ਘਰ ਦੇ ਉੱਪਰ ਆ ਫ੍ਰਿਜ ਤੱਕ ਤੁਸੀਂ ਫ੍ਰਿਜ ਦੇਖ ਰਹੇ ਹੋ ਵਾਸ਼ਿੰਗ ਮਸ਼ੀਨ ਫ੍ਰਿਜ ਦੇਖੋ ਸਾਹਮਣੇ ਕਿਉਂਕਿ ਲਾਈਟ ਇੱਥੇ ਨਹੀਂ ਆ ਤਾਂ ਉਹ ਵੀ ਘਰ ਦੇ ਉੱਪਰ ਆ ਹੁਣ ਅਸੀਂ ਦੂਜੇ ਪਾਸੇ ਤੁਹਾਨੂੰ ਜਾ ਕੇ ਦਿਖਾਉਨੇ ਆ ਹਰ ਸਮਾਨ ਤੁਸੀਂ ਦੇਖ ਰਹੇ ਹੋ ਕਿਵੇਂ ਘਰਾਂ ਦੇ ਉਪਰ ਘਰਾਂ ਦਾ ਪਾਣੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਘਰਾਂ ਦੇ ਅੰਦਰ ਹਰ ਘਰ ਚ ਪਾਣੀ ਭੜਿਆ ਹੋਇਆ ਇਧਰਲੇ ਪਾਸੇ ਆਜੋ ਪਿੰਡ ਦੀ ਅਦਰ ਸਾਈਡ ਤੁਹਾਨੂੰ ਦਿਖਾਉਨੇ ਆ ਇਸ ਅਦਰ ਸਾਈਡ ਦੇ ਅੰਦਰ ਆਹ ਦੇਖੋ ਤੁਸੀਂ ਪਾਣੀ ਪਾਣੀ ਮੈਂ ਇੱਥੋਂ ਕਹੂੰਗਾ ਸ਼ੁਰੂ ਕਰਨਗੇ ਆਹ ਦੇਖੋ ਕਿਵੇਂ ਘਰਾਂ ਚ ਪਾਣੀ ਭਰਿਆਗਾ ਕੱਲੇ-ਕੱਲੇ ਘਰ ਚ ਪਾਣੀ ਹੈ ਕੱਲੇ-ਕੱਲੇ ਘਰ ਚ ਪਾਣੀ ਹੈਗਾ ਸਾਹਮਣੇ ਵੀ ਦਿਖਾ ਦਿਓ ਉਧਰ ਵੀ ਕੱਲੇ-ਕੱਲੇ ਘਰ ਚ ਪਾਣੀ ਆ ਮੰਝੇ ਉੱਪਰ ਨੇ ਉਧਰ ਦੇਖ ਲਓ ਕੋਈ ਗਰੀਬ ਆ ਕੋਈ ਮੀਰਾ ਕਿਸ਼ਤੀਆਂ ਦੇਖ ਲਓ ਸਾਹਮਣੇ ਉਹ ਕਿਸ਼ਤੀਆਂ ਸਾਹਮਣੇ ਇੰਡੀਆ ਰੱਖਦੀਆਂ ਬੋਟਾਂ ਨੇ ਜਿਹੜੀਆਂ ਉਹ ਲਗਾਤਾਰ ਜਾ ਰਹੀਆਂ ਨੇ rescue operation ਉਰੇ ਚੱਲੇ ਹੋਏ ਨੇ ਪਰ ਲੋਕਾਂ ਨੂੰ ਪਾਣੀ ਵਾਲੇ ਜਿੱਥੇ ਵੀ ਪੂਰੇ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਸਾਡੇ ਇਲਾਕੇ ਚ ਕਿਉਂਕਿ ਅਸੀਂ ਲਗਾਤਾਰ ਘੁੰਮ ਰਹੇ ਆ ਆ ਤੁਸੀਂ ਦੇਖ ਲਓ ਇੱਥੇ ਸਾਰੇ ਘਰਾਂ ਚੋਂ ਉੱਪਰ ਸਾਹਮਣੇ ਦੇਖੋ ਮੱਝਾਂ ਵੀ ਕੋਠਿਆਂ ਤੇ ਛਾੜ ਦਿੱਤੀਆਂ ਨੇ ਉਹ ਦੇਖੋ ਤੁਸੀਂ ਉਹ ਕੱਟੀ ਹੈ ਜਿਹੜੀ ਕੋਠੇ ਤੇ ਚੜ੍ਹੀ ਹੋਈ ਆ ਮੈਂ ਕੋਲੋਜ਼ ਕਰਕੇ ਦਿਖਾਉਣਗੇ ਸਭ ਕੁਝ ਕਿਹਾਗਾ ਮੱਝਾਂ ਵੀ ਡੰਗਰ ਵੀ ਯਾਨੀ ਕੋਠਿਆਂ ਤੇ ਚਾੜ ਦਿੱਤੇ ਨੇ ਕਿਉਂਕਿ ਲੋਕਾਂ ਨੂੰ ਡਰ ਲੱਗਦਾ ਕਿ ਇਹੀ ਸਾਡੇ ਸਾਧਨ ਨੇ ਇਹੀ ਚਲੇ ਗਏ ਤਾਂ ਮੁੜ ਕੇ ਅਸੀਂ ਸਰਵਾਈਵ ਕਿਵੇਂ ਕਰਾਂਗੇ ਆ ਦੇਖੋ ਮਾਤਾ ਜੀ ਇੱਥੇ ਤੁਹਾਨੂੰ ਪੱਖੀ ਦੇ ਨਾਲ ਆ ਨਾਲ ਆਪਣਾ ਕੁਟਰੇ ਨੇ ਕੁਛ ਮਸਾਲਾ ਤਿਆਰ ਕਰ ਰਹੇ ਨੇ ਕੋਈ ਮੰਜਾ ਕਿਵੇਂ ਛੱਤਾਂ ਬਣਾ ਕੇ ਲਾਇਆ ਹੋਇਆ ਲੋਕਾਂ ਨੂੰ ਮਜਬੂਰੀ ਚਲਾਉਣਾ ਪੈ ਰਿਹਾ ਇਹ ਸਾਰਾ ਕੁਝ ਇਧਰਲੇ ਪਾਸੇ ਸੂਰਜਾ ਤੇ ਨਾਲ ਪੱਖੀ ਆਪਦੀ ਝਲ ਰਹੇ ਨੇਗੇ ਆ ਪਾਣੀ ਦੇਖ ਲਓ ਥੱਲੇ ਕਿਸ ਤਰੀਕੇ ਦੇ ਨਾਲ ਸਾਰੇ ਪਾਸੇ ਘਰਾਂ ਚ ਹਰ ਗਲੀ ਚ ਤੁਹਾਨੂੰ ਹਰ ਗਲੀ ਚ ਪਾਣੀ ਹਰ ਘਰ ਚੋਂ ਸਾਹਮਣੇ ਦੇਖ ਲਓ ਔਰ ਅੱਗੇ ਤੁਸੀਂ ਦੇਖ ਲਓ ਉਹ ਦੇਖੋ ਛੱਤਾਂ ਦੇ ਉੱਤੇ ਬੈਠੇ ਬੇਬੇ ਬੋਤਲ ਹਲਾ ਕੇ ਬੇਬੇ ਦੱਸ ਰਹੀ ਹੈ ਕਿ ਅਸੀਂ ਵੀ ਇੱਥੇ ਬੈਠਿਆਂ ਦੇਖੋ ਤਾਂ ਉਧਰਲੇ ਪਾਸੇ ਪਿੰਡ 'ਚ ਗਰੀਬ ਲੋਕਾਂ ਦੇ ਜਿਹੜੇ ਘਰ ਨੇ ਦਲਤ ਭਾਈਚਾਰੇ ਦੇ ਤੁਸੀਂ ਉਹ ਵੀ ਦੇਖ ਰਹੇ ਹੋ ਉਹਨਾਂ ਦੀ ਹਾਲਤ ਵਿਚਾਰਿਆਂ ਦੀ ਹੋਰ ਵੀ ਜ਼ਿਆਦਾ ਮਾੜੀ ਹੈਗੀ ਉਹਨਾਂ ਦਾ ਪਾਣੀ ਦੇਖੋ ਤੁਸੀਂ ਕਿਸ ਤਰੀਕੇ ਨਾਲ ਪਾਣੀ ਭਰਿਆ ਉਹਨਾਂ ਦੀ ਹਾਲਾਤ ਕਿਉਂਕਿ ਕੰਨੀਆਂ ਦੇ ਉੱਤੇ ਪਿੰਡਾਂ ਦੀਆਂ ਕੰਨੀਆਂ ਤੇ ਸਾਡੇ ਦਲਤ ਭਾਈਚਾਰੇ ਦੇ ਲੋਕ ਵਸਦੇ ਨੇ ਇਹ ਵੀ ਸਾਡੀ ਤਰਾਸ ਦੀ ਹੈ ਕਿ ਕਦੇ ਉਹ ਸੈਂਟਰ 'ਚ ਹੀ ਨਹੀਂ ਆਏ ਹਮੇਸ਼ਾ ਕੰਨੀਆਂ 'ਤੇ ਹੀ ਰਹੇ ਨੇ ਤਾਂ ਇਹ ਕੰਨੀਆਂ ਦੇ ਉੱਤੇ ਵਸੇ ਹੋਏ ਜਿਹੜੇ ਲੋਕ ਨੇ ਵਿਚ ਉਹਨਾਂ ਦੀ ਹਾਲਤ ਹੋਰ ਵੀ ਮਾੜੀ ਅੱਗੇ ਤੱਕ ਦੇਖੋ ਕਿਵੇਂ ਉਹਨਾਂ ਨੇ ਕਾਲੇ-ਕਾਲੇ ਟੈਂਟ ਲਾ ਕੇ ਆਪਦੇ ਜਿੰਨੇ ਕੁ ਜੋਗੇ ਸਾਧਨ ਉਹਨਾਂ ਕੋਲ ਨੇ ਵਿਚਾਰੇ ਉਹਨਾਂ ਨੇ ਉਹ ਸਾਧਨਾਂ 'ਚ ਮੈਨੇਜ ਕੀਤਾ ਹੋਇਆ ਇਧਰਲੇ ਪਾਸੇ ਵੀ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਦਿਖਾ ਦਿੰਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋਗੇ ਇਧਰਲੇ ਪਾਸੇ ਆ ਕੇ ਦੇਖੋ ਗੁਰਦੁਆਰਾ ਸਾਹਿਬ ਵੀ ਇਸ ਪਿੰਡ ਦਾ ਮੰਡੀ ਚੋਲੀਆਂ ਦਾ ਗੁਰਦੁਆਰਾ ਸਾਹਿਬ ਵੀ ਪਾਣੀ 'ਚ ਨਕੋ-ਨਕ ਡੁੱਬਿਆ ਪਿਆ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਸਾਹਮਣੇ ਦੇਖ ਰਹੇ ਹੋ ਪਾਣੀ ਚ ਡੁੱਬਿਆ ਪਿਆ ਪੂਰਾ ਗੁਰਦੁਆਰਾ ਸਾਹਿਬ ਡੁੱਬਿਆ ਪਿਆਗਾ ਇੰਨੀਆਂ ਵੱਡੀਆਂ ਤਲਾਸ਼ ਦੀਆਂ ਦੇਖੋ ਵੀ ਲੋਕਾਂਾਂ ਦੇ ਬੈਠੇ ਨੇ ਸਕੂਲ ਦੇ ਉੱਪਰ ਵੀ ਲੋਕਾਂ ਨੇ ਆ ਕੇ ਇਹ ਮਿਡਲ ਸਕੂਲ ਆਗਾ ਮਿਡਲ ਸਕੂਲ ਦੀ ਛੱਤ ਤੇ ਲੋਕਾਂ ਨੇ ਆ ਕੇ ਵਿਚਾਰ ਰਹੇ ਨੇ ਉਹਦੇ ਰਹਿਣ ਦਾ ਟਿਕਾਣਾ ਬਣਾਇਆ ਹੋਇਆ ਇੱਧਰ ਜਨਰੇਟਰ ਲੱਗਾ ਹੋਇਆ ਪਾਣੀ ਕੱਢ ਰਿਹਾ ਥੱਲੇ ਦੇਖ ਰਹੇ ਹੋ ਇੱਧਰਲੇ ਪਾਸੇ ਜਿੱਥੇ ਮਰਜ਼ੀ ਦੇਖ ਲਓ ਆ ਸਾਹਮਣੇ ਪੂਰਾ ਪੈਨ ਕਰਕੇ ਵੀ ਦਿਖਾ ਦਿਓ ਕਿਵੇਂ ਸਾਰੇ ਆਲੇ-ਦਾਲੇ ਪਾਣੀ ਪਾਣੀ ਆਗਾ ਤੇ ਦਰਿਆ ਦਾ ਪਾਣੀ ਅਜੇ ਤੱਕ ਘਟਣ ਦਾ ਨਾਂ ਨਹੀਂ ਲੈ ਰਿਹਾ ਕੋਈ ਥੋੜਾ ਬਹੁਤਾ 1-2 ਫੁੱਟ ਘਟ ਗਿਆ ਹੋ ਅ ਵਿਦਿਆਦਾ ਮੰਦਰ ਵੀ ਦੇਖ ਲਓ ਤੁਸੀਂ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਚੋਲਾ ਉਪਰ ਗੇਟ ਤੇ ਲਿਖਿਆ ਵੀ ਹੋਇਆ ਇਹਦੇ ਚ ਪਾਣੀ ਦੇਖ ਲਓ ਕਿ ਲੈਵਲ ਤੱਕ ਪਾਣੀ ਸਕੂਲ ਦੇ ਅੰਦਰ ਭਰਿਆ ਹੋਇਆਗਾ ਤਾਂ ਇਹ ਹਾਲਾਤ ਨੇ ਮੰਡੀ ਚੋਲੀਆਂ ਦੇ ਨਹੀਂ ਇਕੱਲੇ ਮੰਡੀ ਚੋਲੀਆਂ ਨਾਲ ਹੀ ਧੱਕਾ ਵਸਤੀ ਆ ਨਾਲ ਹੀ ਹੋਰ ਪਿੰਡ ਨੇ ਭਾਈ ਮਨਜੋਤ ਥੋੜੀ ਜਿਹੜੇ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂਗੇ ਤਾਂ ਦੇਖੋ ਸਨੇਹਾ ਐ ਲਗਾਤਾਰ ਆਪਣੀਆਂ ਜਿੰਨੀਆਂ ਬੋਟਸ ਚੱਲਦੀਆਂ ਨੇ ਉਹਨਾਂ ਨੂੰ ਇਹ ਸਨੇਹਾ ਵੀ ਇਹਦੇ ذریعے ਲਗਾਤਾਰ ਸਨੇਹਾ ਦਿੰਦੇ ਨੇ ਬਾਈ ਜੀ ਸਾਰਿਆਂ ਨਾਲ ਫਿਰ ਇਹਦੇ ਨਾਲ ਟੱਚ ਰਹਿੰਦੇ ਹੋ ਤੁਸੀਂ ਬਿਲਕੁਲ 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 ਦਿਓ ਮੈਸੇਜ ਦੇ ਕੇ ਦੇਖੋ ਤਾਂ ਕਿ ਅਸੀਂ ਹੈਲੋ ਬਿਲੇ ਮੁੰਡੀ ਸ਼ਾਇਰੀਆਂ ਤੋਂ ਲੈ ਲਿਆ ਸਤਨਾਮ ਨੂੰ ਪਹੁੰਚ ਗਈ ਰਾਣੀ ਕੋ ਖਬਰ ਹੋ ਜੀ ਪਹੁੰਚ ਗਈ ਪਹੁੰਚ ਤਕਰੀਰ ਦਾ 15 ਮਿੰਟ ਦਾ 15 ਮੀਟਰ ਦਾ ਰੇਡੀਅਸ ਬਣਾਇਆ ਵੈਸੇ 5 ਦਾ ਹਾਂਜੀ 15 ਕਿਲੋਮੀਟਰ ਦਾ ਏਰੀਆ ਜਿਹੜਾ ਕਵਰ ਹਾਂਜੀ ਕੰਮ ਕਰਦੇ ਆ ਸਾਰੇ ਤਕਰੀਬਨ ਤੁਹਾਡੀਆਂ ਪਰਸਨਲ ਕਿਸ਼ਤੀਆਂ ਕਿੰਨੀਆਂ ਚੱਲ ਰਹੀਆਂ ਨੇ ਆਪਣੀਆਂ ਤਕਰੀਬਨ ਦੋ ਚੱਲ ਰਹੀਆਂ ਇੱਥੇ ਦੋ ਚੱਲ ਰਹੀਆਂ ਤੇ ਬਾਕੀ ਰੋਪੜ ਦੇ ਵਿੱਚ ਵੀ ਚੱਲ ਰਹੀਆਂ ਹੁਣ ਸਾਡੇ ਇੱਥੇ ਕਹਿ ਕੇ ਇਥੋਂ ਹਲਕਾ ਚਾਰਜ ਉਹਨਾਂ ਤੋਂ ਦੋ ਹੋਰ ਲਈਆਂ ਜੀ ਹਾਂ ਦੋ ਹੋ ਰਹੀਆਂ ਚਾਰ ਕਿਸ਼ਤੀਆਂ ਕਿਹਦੇ ਸੋਆਲੇ ਵਾਲੇ ਪਿੰਡ ਕਿਹੜੇ ਨੇ ਇੱਕ ਤਾਂ ਮੈਂ ਦੱਸਿਆ ਆਲੇ ਵਾਲੇ ਆਲੇ ਵਾਲੇ ਕਿਹੜੇ ਪਿੰਡ ਨੇ ਇਹ ਇਹ ਮਾਈ ਹਾਲ ਉਹਨਾਂ ਪਿੰਡਾਂ ਚ ਐਦੂ ਬੁਰਾ ਹਾਲ ਮੁੰਡੀ ਬਿਲਕੁਲ ਇਧਰ ਆ ਦੇਖ ਸਕਦੇ ਤੁਸੀਂ ਮਡਾਲਾ ਛੰਨਾ ਪਿੰਡ ਇਹ ਵੀ ਬਹੁਤ ਸਾਰਾ ਡੁੱਬਿਆ ਹੋ ਤੇ ਮੰਡਾਲਾ ਛੰਨਾ ਸਰਦਾਰ ਵਾਲਾ ਇਧਰ ਪੈਂਦਾ ਜੀ ਸਰਦਾਰ ਵਾਲਾ तकरीबन ਇਹ 10 ਪਿੰਡ ਤਾਂ ਇਹੋ ਜਿਹੇ ਆ ਵੀ ਜਿਹੜੇ ਬਿਲਕੁਲ ਹੀ ਬਾੜੀ ਆ ਬੰਦਾ ਬਾਹਰ ਨਹੀਂ ਆ ਸਕਦਾ ਕੋਈ ਵੀ ਇਹੋ ਜਿਹਾ ਉਹ ਸਿਰਫ ਬੋਰਡ ਦੇ ਸਹਾਰੇ ਹੀ ਆਊਗਾ ਤੁਹਾਡੀ ਐਨ ਜੀਓ ਦਾ ਬਾਈ ਨਾਮ ਵੀ ਦੱਸੋ ਤੇ ਤੁਹਾਡੀ ਐਨ ਜੀਓ ਨੂੰ ਕੁਝ ਚਾਹੀਦਾ ਹੁੰਦਾ ਲੋਕਾਂ ਨੂੰ ਤੁਸੀਂ ਅਪੀਲ ਵੀ ਕਰਨਾ ਚਾਹੁੰਦੇ ਹੋ ਕੋਈ ਮਦਦ ਦੀ ਸਾਡੀ ਐਨ ਜੀਓ ਦਾ ਨਾਮ ਆ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਸਾਡੀ ਨਾਮ ਆ ਗੜਦੀਵਾਲਾ ਚ ਸਾਡਾ ਲਾਗੇ ਬਾਗਾ ਪਿੰਡ ਆ ਜਿੱਥੇ ਸਾਡੀ ਸੰਸਥਾ ਚੱਲਦੀ ਆ ਅਸੀਂ ਲਵਾਰ ਸਨਾਥਾਂ ਨੂੰ ਦੇਖਭਾਲ ਕਰਦੇ ਆ ਤੇ ਬਾਕੀ ਹੜਾਂ ਦੇ ਵਿੱਚ ਜਾਂ ਕੋਈ ਡੈੱਡ ਬੋੜੀਆਂ ਬਿਲਕੁਲ ਫ੍ਰੀ ਆਫ ਕੋਸਟ ਕਰਦੇ ਆ ਬਾਕੀ ਕੁਝ ਨਹੀਂ ਅਪੀਲ ਸੰਗਤ ਨੂੰ ਇਹ ਹੀ ਆ ਤੁਸੀਂ ਇਹਨਾਂ ਦੀ ਆਪ ਬਣ ਕੇ ਅੱਖੀਆਂ ਆਣ ਕੇ ਦੇਖ ਸਕਦੇ ਆ ਕਿਸੇ ਕੋਈ ਵੀ ਨਾ ਕਰੋ ਆਪਣ ਕੇ ਦੋ ਬਣ ਕੇ ਇਥੇ ਹਮਤੂ ਜਿਆਦਾ ਲੋੜ ਆਪਾਂ ਦੇਖ ਰਿਹਾ ਪਾਣੀ ਦੀ ਹੈ ਪੀਣ ਵਾਲੇ ਦੀ ਹਰੇ ਚਾਰੇ ਦੀ ਮੈਂ ਜਿਹੜੀ ਜਿਹੜਾ ਮੈਨੂੰ ਮਹਿਸੂਸ ਕੀਤੀ ਆ ਬਾਕੀ ਤੁਸੀਂ ਜਗਾ ਦੱਸ ਸਕਦੇ ਕੋਈ ਸੁੱਕੇ ਰਾਸ਼ਨ ਦੀ ਕੋਈ ਲੋੜ ਨਹੀਂ ਹੈ ਜਿੱਦ। ਐਵੇਂ ਕਹੀਏ ਇੱਥੇ ਪੁੱਛ ਵੀ ਸਕਦੇ ਤੁਸੀਂ ਜਿਹਨੂੰ ਵੀ ਕੇਰੀ। ਇੱਥੇ ਹਰਾਚਾਰਾ ਤੇ ਦੁੱਧ ਲੈ ਆਓ ਤੇ ਪਾਣੀ ਪਾਣੀ। ਹਰਾਚਾਰਾ ਦੁੱਧ ਤੇ ਪਾਣੀ ਉਹ ਤਬਾਹ ਹੋ ਚੁੱਕਿਆ तकरीबन। ਪਾਣੀ ਮਿਲ ਨਹੀਂ ਰਿਹਾ ਤਾਜ਼ਾ। ਬਿਲਕੁਲ। ਤੇ ਹਰਾਚਾਰਾ ਸਾਰਾ ਤਬਾਹ ਹੋ ਗਿਆ। ਬਿਲਕੁਲ। ਤੇ ਦੁੱਧ ਵੀ ਮੱਜਾਂ ਤੁਹਾਨੂੰ ਪਤਾ ਲੋਕਾਂ ਨੇ ਵਿਚਾਰਿਆਂ ਨੇ ਕੋਠੀਆਂ ਤੇ ਮੱਜਾਂ ਚਾੜੀਆਂ। ਕੋਠੀਆਂ ਚਾੜੀਆਂ ਪਈਆਂ ਨਹੀਂ ਚੋਹ ਹੁੰਦੀਆਂ ਤੇ ਇਸ ਕਰਕੇ ਇਹ ਜ਼ਰੂਰੀ ਆ ਤਿੰਜੀ। ਇੱਕ ਵਾਰ ਮੈਂ ਕਹੂੰਗਾ ਪੂਰਾ ਬਿਲਕੁਲ ਲਾਸਟ ਟੂ ਹਿਊਮਨ ਕਰਕੇ ਇਧਰਲੇ ਪਾਸੇ ਤੋਂ ਆਪਾਂ ਸਾਰਾ ਦਿਖਾ ਦਈਏ। ਸ ਬਿਲਕੁਲ ਸਿਰੇ ਤੇ ਅਗਰ ਤੁਸੀਂ ਟਾਪ ਦੇ ਉੱਤੇ ਬਿਲਕੁਲ ਲਾਸਟ ਜਾऊं ਜਿੱਥੇ ਤੱਕ ਪਾਣੀ ਆਗਾ ਜਿੱਥੇ ਤੱਕ ਪਾਣੀ ਆ ਦੇਖੋ ਤੁਸੀਂ ਇਹ ਹਾਲਾਤ ਨੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈਗੀ ਮੈਂ ਜਿੱਥੇ ਖੜਾਂਗਾ ਇਸੇ ਕਰਕੇ ਸਭ ਤੋਂ ਟਾਪ ਦੀ ਜਿਹੜੀ ਕੋਠੀ ਸੀਗੀ ਅਸੀਂ ਉਹਦੇ ਤੇ ਆ ਕੇ ਚੜਿਆਂਗੇ ਇੱਥੇ ਇਸ ਪਿੰਡ ਦੇ ਅੰਦਰ ਇੱਥੋਂ ਜਿਹੜੀ ਸਭ ਤੋਂ ਉੱਚੀ ਹੈਗੀ ਤੇ ਉੱਥੋਂ ਤੁਸੀਂ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਕਹੂੰਗਾ ਪੈਨ ਕਰ ਦਿਓ ਪੂਰਾ ਆਲੇ-ਦਾਲੇ ਆਲੇ-ਦਾਲੇ ਸਾਰੇ ਕਿਤੇ ਪੈਨ ਕਰ ਦਿਓ ਘੱਟ ਕਰ ਦਿਓ ਇਹਨੂੰ ਪੂਰਾ ਐ ਇਸ ਤਰੀਕੇ ਨਾਲ ਪੈਨ ਕਰ ਦਿਓ ਪੂਰਾ ਤਾਂ ਦੇਖੋ ਤੁਸੀਂ ਜਿੱਥੇ ਤੱਕ ਦੇਖੋਗੇ ਤੁਸੀਂ ਜਿੱਥੋਂ ਤੱਕ ਦੇਖੋਗੇ ਪੈਨ ਕਰਦਾ ਤੁਹਾਨੂੰ ਪਾਣੀ ਹੀ ਨਜ਼ਰ ਆਊਗਾ ਜਿੱਥੋਂ ਤੱਕ ਤੁਹਾਡੀ ਕੈਮਰਾ ਤੁਹਾਨੂੰ ਸਾਰੀ ਕੈਮਰਾ ਇੱਕ ਤਰ੍ਹਾਂ ਦੀ ਨਜ਼ਰੀ ਹੁੰਦੀ ਹੈ ਤੇ ਸਾਰੀ ਨਜ਼ਰ ਦਿਖਾ ਰਿਹਾ ਕੈਮਰਾ ਸਾਰੇ ਆਲੇ-ਦਾਲੇ ਮੈਂ ਤੇ ਕਹੂੰਗਾ ਪੂਰੇ ਜਿੰਨਾ ਵੀ ਆਲਾ-ਦਲਾਗਾ ਜਿੰਨਾ ਵੀ ਆਲਾ-ਦਲਾਗਾ ਸਾਰੇ ਪਾਸੇ ਤੁਸੀਂ ਦੇਖ ਰਹੇ ਹੋਗੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਜਿੱਧਰ ਮਰਜ਼ੀ ਚਲੇ ਜਾਓ ਇਧਰਲੇ ਪਾਸੇ ਦੇਖ ਲਓ ਪਾਣੀ ਹੀ ਪਾਣੀ ਹੈਗਾ ਪਾਣੀ ਹੀ ਪਾਣੀ ਹੈ ਫਸਲਾਂ ਲੋਕਾਂ ਦੀ ਡੁੱਬ ਚੁੱਕੀਆਂ ਆਹ ਫਸਲਾਂ ਜਿਹੜੀਆਂ ਜ਼ਿਆਦਾਤਰ ਮਨਜੋਤ ਭਾਈ ਜੀ ਆਓ ਤੁਸੀਂ ਆਜੋ ਜੀ ਤੁਸੀਂ ਆਜੋ ਅੰਕਲ ਅੰਕਲ ਜਿਆਦਾ ਪਾਣੀ ਸੀਗਾ ਜਿਹੜਾ ਜਿਆਦਾ ਫਸਲ ਸੀ ਝੋਨੇ ਦੀ ਸੀ ਮੰਡੀ ਆਪਣੀ ਮੱਕੀ ਦੀ ਤੇ ਹੋਰ ਕਾਦੀ ਸੀ ਨਹੀਂ ਝੋਨਾ ਸੀ ਜੀ ਜਿਆਦਾ ਤੇ ਮੱਕੀ ਵੀ ਸੀ ਸਾਡੇ ਘੱਟ ਬੀਜਦੇ ਆ ਜਾਂ ਪਦੀਨਾ ਸੀ ਲੋਕਾਂ ਨੇ ਦੇਖ ਰਿਹਾ ਆ ਦੇਖੋ ਮੱਕੀ ਡੁੱਬੀ ਪਈ ਐ ਇੱਥੇ ਨਾ ਹਾਂ ਉਹ ਸਾਹਮਣੇ ਇੰਨਾ ਸੀ ਪਦੀਨੇ ਦੀ ਫਸਲ ਕਰਦੇ ਹਾਂ ਲਾਉਨੇ ਉਹ ਲਸਣ ਵਾਲੀ ਥਾਂ ਤੇ ਨਾ ਕਈ ਲੋਕ ਲਾਉਂਦੇ ਜੀਆਂ ਵੀ ਸੀਗੀਆਂ ਸਬਜ਼ੀਆਂ ਵੀ ਸੀ ਜੀ ਹਾਂਜੀ ਅੰਕਲ ਜਿਹੜੇ ਇੱਥੋਂ ਜਿਨ੍ਹਾਂ ਦੀ ਕੋਠੀ ਐ ਜਿੱਥੇ ਅਸੀਂ ਖੜੇ ਆਂਗੇ ਤਾਂ ਹਾਲਾਤ ਤੁਸੀਂ ਦੇਖ ਰਹੇ ਹੋਗੇ ਬਿਲਕੁਲ ਸਿਰੇ ਤੋਂ ਲੈ ਕੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਉਹ ਸਾਹਮਣੇ ਤੁਹਾਨੂੰ ਇਸ ਘਰ ਤੋਂ ਪਤਾ ਲੱਗ ਰਿਹਾ ਹੋਊਗਾ ਕਿ ਕਿਵੇਂ ਲੈਵਲ ਕਿੰਨਾ ਘਟਿਆਗਾ ਜਿਹੜਾ 2-3 ਫੁੱਟ ਦਾ ਲੈਵਲ ਘਟਿਆਗਾ 2 ਫੁੱਟ ਦਾ 2.5 ਦਾ ਉਹ ਪਾਣੀ ਇੱਥੇ ਤੱਕ ਚੜਿਆ ਹੋਇਆ ਸੀ ਦੇਖੋ 2.5 ਫੁੱਟ ਪਾਣੀ ਘਟਿਆ ਪਰ 9-10 ਫੁੱਟ ਤੱਕ ਪਾਣੀ ਅਜੇ ਇਸ ਇਲਾਕੇ ਦੇ ਅੰਦਰ ਹੈਗਾਗਾ ਤਾਂ ਹਾਲਾਤ ਤੁਸੀਂ ਦੇਖ ਰਹੇ ਹੋਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਹਾਂਜੀ ਮੱਕੀ ਸਾਡੀ ਸੀ ਆਓ ਮੱਕੀ ਸਾਹਮਣੇ ਸਾਡੀ ਪਹਿਲੀ ਵਾਰ ਇਹ ਬੀਜੀਦਾ ਮੈਂ ਜਰੂਰ ਕਹਾਂਗਾ ਸਾਹਮਣੇ ਮੱਕੀ ਦੇ ਖੇਤ ਨੇ ਕਿ ਤੁਸੀਂ ਜੂਮਨ ਕਰਕੇ ਦਿਖਾਓਗੇ ਮੱਕੀ ਸਾਰੀ ਤਬਾਹ ਹੋ ਗਈ ਕਿਉਂਕਿ ਮੱਕੀ ਦੇਖਦੀ ਹੈ ਲੰਬੀ ਸੀ ਮੱਕੀ ਦਾ ਫੂਟਾ 9-10 ਫੂਟ ਦਾ ਤਾਂ ਹੋਈ ਜਾਂਦਾ ਹਾਂ ਤਾਂ ਮੱਕੀ ਇਸ ਕਰਕੇ ਦਿਖ ਰਹੀ ਹੈਗੀ ਦੇਖੋ ਨਾ ਇੰਨਾ ਮੱਕੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ 10 10 ਫੂਟ ਤੱਕ ਪਹੁੰਚ ਜਾਂਦਾ 8-9 ਫੂਟ ਪਾਣੀ ਹੈਗਾ ਇੱਥੇ ਤੇ ਮੱਕੀ ਦੀ ਫਸਲ ਹੋਰ ਵੀ ਬਾਕੀ ਫਸਲਾਂ ਵੀ ਤਬਾਹ ਹੋਈਆਂ ਨੇ ਤਾਂ ਭਾਈ ਜੀ ਕੋਈ ਐਡਮਿਨਿਸਟ੍ਰੇਸ਼ਨ ਤੋਂ ਆਇਆ ਪ੍ਰਸ਼ਾਸਨ ਤੋਂ ਆਇਆ ਕੋਈ ਨਹੀਂ ਕੋਈ ਨਹੀਂ ਆਇਆ ਪ੍ਰਸ਼ਾਸਨ ਤੋਂ ਕੋਈ ਨਹੀਂ ਇਹ ਵੀ ਅਸੀਂ ਬਾਰ-ਬਾਰ ਹਰ ਥਾਂ ਸੁਣ ਰਹੇ ਆਂ ਪ੍ਰਸ਼ਾਸਨ ਤੋਂ ਪਹੁੰਚ ਨਹੀਂ ਆ ਐਨ ਜੀਓਜ਼ ਆ ਰਹੀਆਂ ਨੇ ਐਨੀ ਕਿ ਹਲਕਾ ਇੰਚਾਰਜ ਕਿਹਨਾ ਜੀ ਉਹਨਾਂ ਦਾ ਕੱਕੜ ਸਾਹਿਬ ਰਤਨ ਕੱਕੜ ਸਾਹਿਬ ਵੀ ਸਾਨੂੰ ਮਿਲੇ ਚਲੋ ਮੌਕੇ ਤੇ ਉੱਥੇ ਜ਼ਰੂਰ ਨੇਗੇ ਉਹ ਕਹਿ ਰਹੇ ਆ ਅਸੀਂ ਮਦਦ ਕਰ ਰਹੇ ਆਂਗੇ ਪਰ ਐਡਮਿਨਿਸਟ੍ਰੇਸ਼ਨ ਦੀ ਅਸੀਂ ਦੇਖ ਰਿਹਾ ਘਾੜ ਰੱਖਦੀ ਐਡਮਿਨਿਸਟ੍ਰੇਸ਼ਨ ਦੇ ਬੰਦੇ ਜਿਹੜੇ ਪਹੁੰਚਣ ਲੋਕਾਂ ਨੂੰ ਇਹ ਨਹੀਂ ਲੋੜ ਹੁੰਦੀ ਕਿ ਆ ਕੇ ਮਦਦ ਕਰ ਦੋ ਮਦਦ ਕਰਨ ਵਾਲੇ ਬਹੁਤ ਆ ਜਾਣਗੇ ਹੌਸਲੇ ਦੀ ਲੋੜ ਹੁੰਦੀ ਐ ਇਸ ਟਾਈਮ ਵੀ ਭਾਈ ਤੁਹਾਡੇ ਨਾਲ ਆ ਸੀ ਕਿਉਂ ਜੀ ਬਿਲਕੁਲ ਜੀ ਸਾਮਾਨ ਤਾਂ ਸਾਰੀ ਇਹ ਖਾਣ ਪੀਣ ਨੂੰ ਇੱਕ ਹੌਸਲਾ ਹੁੰਦਾ ਵੀ ਭਾਈ ਪਾਣੀ ਨਿਕਲ ਜੂ ਜੋ ਕਿ ਲੋੜ ਹੋਈ ਅਸੀਂ ਹੈਗੇ ਆਂ ਹੈਗੇ ਆ ਜੀ ਕਾਲ ਕਰ ਲਿਓ ਜਿਹਨਾਂ ਨੇ ਵੋਟਾਂ ਪਾਈਆਂ ਫਰਜ਼ ਉਹਨਾਂ ਦਾ ਬੰਦਦਾ ਕਿ ਉਹ ਕਿਉਂ ਨਹੀਂ ਬੰਦਦਾ ਮੌਕੇ ਨਾਲ ਹੈ ਸਰਕਾਰ ਬਣਾਉਣ ਨੂੰ ਤੱਕਲਾਂ ਦਾ ਮੈਨੂੰ ਪਾ ਦਿਓ ਜੀ ਮੈਨੂੰ ਪਾ ਦਿਓ ਤੇ ਜਦੋਂ ਵੋਟਾਂ ਬਣ ਜਾਂਦੀਆਂ ਪਹਿਲੀ ਦੀ ਗੱਲ ਅਸੀਂ ਇਹ ਚੋਣੇ ਤੁਹਾਡੇ ਇਹ ਮਾਧਮ ਰਹੀਂ ਵੀ ਬੰਨ ਦਾ ਕਰ ਲੈਣ ਜੇ ਲੋਕਾਂ ਨੂੰ ਆ ਜਿਹੜੇ 10 12 ਪਿੰਡ ਸਾਡੇ ਮਰਦੇ ਨਾ ਹਰ ਵਾਰੀ ਬੰਨ ਨਾਲ ਬੰਨ ਨਾਲ ਇਹ ਬੰਨ ਜਿਹੜਾ ਟੁੱਟਦਾ ਨਾ ਤੁਸੀਂ ਬੰਨ ਜਿਹੜਾ ਹਾਂਜੀ ਤੁਸੀਂ ਬੰਨ ਜਿੱਥੋਂ ਹੁਣ ਫਿਰ ਟੁੱਟਿਆ 19 ਦੇ ਮਾਰੇ ਲੋਕ ਅਸੀਂ ਆ ਜੇ ਥਾਂ ਬਣਾਈ ਆਪਣੀ ਕੋਠੀ ਪਾਈ ਆ ਨਾ ਤੇ 19 ਦੀ ਮਾਰ ਸਾਨੂੰ ਪਈ ਆ ਜਿਹੜੀ ਜਿਹਦੇ ਕਰਕੇ ਸੀ ਇਹ ਬਣਾਇਆ ਉਹ ਰੈਂਪ ਜਿਹੜਾ ਤੁਸੀਂ ਮੈਂ ਉਹ ਵੀ ਦਿਖਾਉਣਾ ਚਾਹਾਂ ਆਜੋ ਮਨਜੋਤ ਭਾਈ ਆ ਰੈਂਪ ਮੈਂ ਜਰੂਰ ਦਿਖਾਉਣਾ ਚਾਹਾਂ ਇਹ ਤੁਸੀਂ ਕੀ ਸੋਚ ਕੇ ਪੂਰਾ ਪਲਾਨ ਕਰਕੇ ਬਣਾ ਲਿਆ ਸੀਗਾ ਮੈਂ ਤੁਹਾਨੂੰ ਪਹਿਲਾਂ ਦਿਖਾ ਦਾਂ ਅਸੀਂ ਬਾਰ-ਬਾਰ ਪਹਿਲਾਂ ਵੀ ਇੱਕ ਸਟੋਰੀ ਵੀ ਦਿਖਾਈ ਹੈ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਰੈਂਪ ਤਾਂ ਇਹ ਕੀ ਤੁਸੀਂ ਪਲਾਨ ਕਰਕੇ ਬਣਾਇਆ ਵੀ ਗੱਡੀਆਂ ਉੱਪਰ ਹੀ ਚੜ ਜਾਣ ਜਿਵੇਂ ਐਤ ਕੀ ਹੜਾ ਐ ਤੁਸੀਂ ਗੱਡੀਆਂ ਪਤਾ ਸੀ ਜੀ ਜਿਹੜਾ ਸਾਡੇ ਨਾਲ ਹਾਲ ਹੋਇਆ ਨਾ ਇੱਕ ਦਿਓ ਪਰਮਾਤਮਾ ਜਿਹੜਾ ਰੱਬ ਸਾਨੂੰ ਬਚਾ ਜਾਂਦਾ ਤੇ ਨਹੀਂ ਤੇ ਸਾਡੇ ਜੀਉਣ ਦੀ ਤਾਂ ਹਾਲ ਹੀ ਹੈ ਨਹੀਂ ਇੱਥੇ ਪਰ ਅਸੀਂ ਫਿਰ ਇੱਕ ਜਿੱਦ ਕਰ ਲਈ ਵੀ ਇਹਦੋਂ ਜ਼ਮੀਨ ਨਾ ਵਈਏ ਕੋ ਕਿਲਾ ਖੰਡ ਹੈਗੀ ਆ ਉਹਦਾ ਮੇਰੇ ਕੋਲ ਜ਼ਮੀਨ ਥੋੜੀ ਆ ਪਰ ਅਸੀਂ ਇੱਕ ਜਿੱਦ ਕਰ ਲਈ ਵੀ ਅਸੀਂ ਆਪ ਦੀ ਸੁਰੱਖਤ ਆਪ ਰੱਖ ਲਈਏ ਨਾ ਜਿੰਨਾ ਚਿਰ ਜ਼ਿੰਦਗੀ ਹੈਗੀ ਆ ਪਤਾ ਨਹੀਂ ਕੀ ਆ ਫਿਰ ਉਹਨਾ ਕਿੰਨੇ ਮੋਟਰਸਾਈਕਲ ਜੇ ਅਸੀਂ ਪਰਤੀ ਪਾ ਕੇ ਉੱਚਾ ਬਣਾਇਆ ਤੇ ਕਿੰਨੇ ਘਰਾਂ ਦੇ ਮੋਟਰਸਾਈਕਲ ਕਿੰਨੀਆਂ ਗੱਡੀਆਂ ਸਾਡੇ ਘਰੇ ਆ ਕੇ ਅਗਰੇ ਡੱਕ ਗਏ ਵੀ ਆ ਖੜੀਆਂ ਜੇ ਅਸੀਂ ਕਹਿੰਦਾ ਜਿੱਥੇ ਜੀ ਕਰਦਾ ਉੱਥੇ ਡੱਕ ਦਿਓ ਅਸੀਂ ਨੀ ਕਿਸੇ ਨੂੰ ਕਿਹਾ ਵੀ ਇੱਥੇ ਨਾ ਲਾਓ ਜੇ ਇੱਥੇ ਨਾ ਲਾਓ ਆ ਕਿੰਨੇ ਮੋਟਰਸਾਈਕਲ ਉੱਤੇ ਵਿੱਚ ਵਾੜ ਗਏ ਵੀ ਕੋਈ ਡਰ ਨਹੀਂ ਵੀ ਜੇ ਕਿਸੇ ਦੀ ਬਚਦੀ ਚੀਜ਼ ਜੇ ਸਾਨੂੰ ਮਾਲਕ ਨੇ ਦਿੱਤਾ ਤੇ ਅਸੀਂ ਬਣਾ ਲਿਆ ਤੇ ਅਸੀਂ ਆ ਕਿਸੇ ਦਾ ਵੀ ਬਾਜ ਜਾਵੇ ਚੀਜ਼ ਤੇ ਵਧੀਆ ਸਾਨੂੰ ਉਹਨੇ ਇਹਨਾਂ ਲੋਕਾਂ ਨੂੰ ਪਾਣੀ ਜਿੰਨੀ ਵੀ ਸਹੂਲਤ ਹੋਵੇ ਦੁੱਧ ਉਹ ਮਿਲਣਾ ਚਾਹੀਦਾ ਜਿਆਦਾ ਰਾਸ਼ਨ ਤੇ ਚਲੋ ਲੋਕਾਂ ਦੇ ਘਰੇ ਆਪੋ 2-4 ਦਿਨਾਂ 10 ਦਿਨਾਂ ਤਾਂ ਹਰੇਕ ਦੇ ਹੁੰਦਾ ਤੇ ਰਾਸ਼ਨ ਪਿਛਲੀ ਵਾਰ ਵੀ ਆਇਆ ਜੇ ਕਿੰਨਾ ਖਰਾਬ ਹੁੰਦਾ ਕਿੰਨਾ ਚਿਰ ਉਹ ਰਹਿ ਜਾਊਗਾ ਆਟਾ ਰਾਸ਼ਨ ਜਿਆਦਾ ਵੀ ਨਹੀਂ ਲੋੜ ਲੋੜ ਆ ਜਿਆਦਾ ਬੰਨ ਦੀ ਦੀ ਬੰਨ ਵੱਜ ਜਾਵੇ ਵਾਰ-ਵਾਰ ਆ ਨਾ ਸਾਨੂੰ ਮੁਸੀਬਤ ਸੈਣੀ ਪਵੇ ਜਿਹੜੀ ਬੰਨ ਬਾਰੇ ਬਈ ਤੁਸੀਂ ਵੀ ਤੁਸੀਂ 2019 ਚ ਵੀ ਇੱਥੇ ਸੀ ਮਨਜੋਤ ਬਾਈ ਜੀ ਅ ਭਾਜੀ ਗੱਲ ਇਹ ਆ ਵੀ ਬੰਨ ਦੀ ਇੱਕ ਰੇਲਵੇ ਪੋਲਾ ਜਿਹੜਾ ਆ ਪਿੰਡਾਂ ਨੂੰ ਮਾਰ ਖਾਂਦਾ ਨਾ ਇੱਕ ਰੇਲਵੇ ਪੋਲਾ ਉਹ ਇੱਥੋਂ ਕੁਛ ਨਾ ਕੁਛ ਜਿਹੜਾ ਆ ਸਰਕਾਰਾਂ ਪੈਸਾ ਇਹਨਾਂ ਤੇ ਲਾ ਰਹੀਆਂ ਜਾਂ ਕੁਛ ਕਾਗਜ਼ੀ ਕਹਿ ਰਹੇ ਆ ਜਾਂ ਕੁਛ ਵੀ ਆ ਹਨਾ ਮੀਡੀਆ ਚ ਕਹਿ ਰਹੇ ਪਰ ਅਸਲ ਦੇ ਵਿੱਚ ਜਿੰਨਾਂ ਚੱਕਰ ਉਹ ਰੇਲਵੇ ਪੋਲ ਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚੱਕਰੇ ਪਿੰਡ ਇਦਾਂ ਹੀ ਰਹਿਣੇ ਆ ਚਾਹੇ 2 ਲੱਖ ਕਿਉਂਕਿ ਵੀ ਪਾਣੀ ਛੱਡਿਆ ਹੋਵੇ ਜਾਂ ਕੁਝ ਵੀ ਉਹ ਆਉਣਾ ਹੀ ਆਉਣਾ ਪਾਣੀ 88 ਵੇਲੇ ਤੁਹਾਨੂੰ ਸੁਰਤੂ 88 ਚ ਵੀ ਹੋਇਆ ਇਹ ਫਿਰ 2000 ਚ ਹੋਇਆ ਫਿਰ 19 ਚ ਹੋਇਆ ਹਨਾ ਤਿੰਨ ਤਾਂ ਆਇਆ ਸੀ ਜੀ 92 ਚ ਵੀ ਆਇਆ ਸੀ 92 ਚ ਹੋਇਆ ਸਰ ਸਾਡਾ ਰਿਕਾਰਡ ਤੇ 19 ਨੇ ਤੋੜਿਆ ਸਾਰਿਆਂ ਤੋਂ ਪਹਿਲਾਂ 88 ਦਾ ਤਾਂ ਚਲੋ ਕੋਈ ਛੋਟੇ ਸੀ ਕੁਝ ਪਾਣੀ ਆਇਆ ਚਲੋ ਭੁੱਲ ਗਏ ਪਰ ਜ਼ਿਆਦਾ 19 ਨੇ ਅਰਕੀਏ ਯਾਦ ਕਰਾਤਾ ਵੇ 19 ਦੇ ਵਿਰਾ ਕਰਦਿਆਂ ਅਸੀਂ ਆ ਫਾਇਆ ਲਿਆ ਭਈ ਕਿਸੇ ਨਾ ਕਿਸੇ ਤਰ੍ਹਾਂ ਕੋਈ ਜ਼ਿਆਦਾ ਨਹੀਂ ਤੇ ਆਪਦੇ ਜੀ ਭੱਜ ਕੇ ਚੜ ਜਾਣ ਫਿਰ ਤੁਸੀਂ ਨੀਹਾਂ ਨੂੰ ਹਾਂ ਵੀ ਉਸ ਹਾਵ ਨਾਲ ਪਨਾਈਆਂ ਹੋਣੀਆਂ ਘਰ ਦੀਆਂ ਹਨਾ ਮੈਨੂੰ ਸਾਰੇ ਘਰਾਂ ਨਹੀਂ ਵੀ ਤਕੜੀਆਂ ਹੋਣ ਵੀ ਤਾਂ ਕਿ ਇਹ ਆ ਜੇ ਤਾਂ ਕੋਈ ਅਸਰ ਨਾ ਹੋਵੇ ਚਲੋ ਕਰਨ ਵਾਲੇ ਤੇ ਮਾਲਕ ਆ ਵੀ ਆਪਦੇ ਲੋ ਬਨਾਇਆ ਕਾਇਮ ਕਰਕੇ ਤੇ ਚਲੋ ਵੀ ਸਾਡੀ ਜਿਹੜੀ ਨੀਹ ਉਹ ਮਜ਼ਬੂਤ ਰਹੂਗੀ ਤੇ ਕਿਤੇ ਨਾ ਕਿਤੇ ਖੜੋਂਜੋਗੇ ਸਾਡਾ ਥਾਂ ਤੇ ਹੈਗਾ ਕਿ ਨਹੀਂ ਜਿੰਦਗੀ ਦਾ ਕੀ ਪਤਾ ਕਿੰਨਾ ਚਿਰ ਹੈਗੀ ਤੇ ਕਿੰਨਾ ਚਿਰ ਨਹੀਂ ਪਰ ਜਿਹੜਾ ਰਹੂਗਾ ਉਹ ਤੇ ਆਖੂਗਾ ਨਾ ਵੀ ਥਾਂ ਬਣੀ ਆ ਯਾਰ ਸਿਰ ਤੇ ਲਕੋਵਾ ਤੇ ਹੈਗਾ ਕਿ ਨਹੀਂ ਆਪਣੇ ਘਰੇ ਦੇਖ ਰਿਆ ਸੀ ਬਿਆਸ ਵਾਲੇ ਬਾਬਿਆਂ ਨੂੰ ਕਾਫੀ ਤੁਸੀਂ ਉਹਨਾਂ ਦੇ ਨੇੜੇ ਹੋ। ਪੂਰੇ ਮੰਦਿਰ ਜੀ ਸ਼ੁਰੂ ਤੋਂ ਲੈ ਕੇ ਅਸੀਂ ਕੋਈ ਮੀਟ ਸ਼ਰਾਬ ਨਹੀਂ। ਬਿਆਸ ਵਾਲੇ ਬਾਬਿਆਂ ਨਾਲ ਜੁੜੇ ਹੋਏ। ਮੰਨਦੇ ਆ ਬਿਆਸ ਵਾਲੇ ਨੂੰ ਮੰਨਦੇ ਆ। ਰੱਬ ਤੇ ਇੱਕੋ ਹੀ ਆ। ਗੁਰਦੁਆਰਾ ਸਾਹਿਬ ਚੱਲੇ ਜੋ ਕਿਤੇ ਚੱਲੇ ਜੋ। ਨਾਮ ਤੇ ਸਾਨੂੰ ਘਰੇ ਬੈ ਕੇ ਜਪਣਾ ਪੈਣਾ। ਉਹਨੂੰ ਪ੍ਰਭੂ ਨੂੰ ਯਾਦ ਮਾਲਕ ਨੂੰ ਤਾਂ ਕਰਨਾ ਹੀ ਪੈਣਾ ਬਾਬੇ ਨਾਨਕ ਨੂੰ। ਤੇ ਉਹਦੇ ਇੱਕੋ ਤੇ ਇੱਕ ਜਰੀਆ ਵੀ ਤੁਸੀਂ ਭਾਈ ਆਹ ਕੰਮ ਕਰਨਾ ਨਹੀਂ ਕਰਨਾ। ਪਰਮਾਤਮਾ ਤੇ ਇੱਕ ਆ ਨਾ। ਅਸੀਂ ਉਹਦੀ ਬਸ ਇੱਕੋ ਦੀ ਡੋਰ ਫੜੀ ਆ। ਸੇਵਾ ਦਾ ਭਾਵ ਵੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੇ ਹੋ ਕਿਉਂਕਿ ਬਾਬਾ ਜੀ ਵੀ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਆ ਔਰ ਨਤਮਸਤਕ ਹੁੰਦੇ ਆ ਹਰ ਥਾਂ ਦੇ ਜਾ ਕੇ ਹਰ ਮੰਦਰ ਸਾਹਿਬ ਵੀ ਗਏ ਹੋਰ ਥਾਵਾਂ ਦੇ ਵੀ ਜਦੋਂ ਥੋੜੇ ਜਿਹਾ ਭਾਵਨਾ ਆਉਂਦੀ ਜਿਵੇਂ ਸਿੱਖੀ ਚ ਭਾਵਨਾ ਗਈ ਵੱਖ-ਵੱਖ ਸੰਸਥਾਵਾਂ ਇੰਸਟੀਟਿਊਸ਼ਨਾਂ ਚ ਭਾਵਨਾ ਤੁਹਾਡੇ ਕਰੇ ਮੈਂ ਦੇਖ ਰਿਹਾ ਵੀ ਸੇਵਾ ਵਾਲਾ ਭਾਵ ਤੁਹਾਡੇ ਚ ਬਹੁਤ ਆ ਸਾਰੇ ਘਰਾਂ ਦੇ ਆ ਕੇ ਮੋਟਰਸਾਈਕਲ ਲਾਤੇ ਗੱਡੀਆਂ ਲਾਤੀਆਂ ਨਹੀਂ ਜੀ ਇਹ ਸੇਵਾ ਨਹੀਂ ਇਹ ਬੰਦਾ ਅਸੀਂ ਨੀ ਕਿਸੇ ਨੂੰ ਸ਼ੁਰੂ ਤੋਂ ਲੈ ਕੇ ਅਸੀਂ ਨੀ ਕਿਸੇ ਨੂੰ ਮਾੜਾ ਕਹਿੰਦੇ ਸਾਡੀ ਆਦਤ ਆ ਜੇ ਕੋਈ ਵੀ ਆ ਜਾਵੇ ਸਾਡੇ ਕੋਲ ਜੇ ਇੱਕ ਰੋਟੀ ਤੇ ਅਸੀਂ ਉਹਨਾਂ ਕਹਿੰਦਾ ਫੜ ਤੂੰ ਲੈ ਜਾ ਸਾਨੂੰ ਮਾਲਕ ਦੇਊਗਾ ਸਾਨੂੰ ਦਿੰਦਾ ਵੀ ਆ ਇਹੋ ਜੀ ਕੋਈ ਗੱਲ ਨਹੀਂ ਵੀ ਸਾਨੂੰ ਨਹੀਂ ਦਿੰਦਾ ਮਾਲਕ ਦਿੰਦਾ ਮਾਲਕ ਤੇ ਸਾਨੂੰ ਭਰੋਸਾ ਜਿਹਦੇ ਕਰਕੇ ਅਸੀਂ ਚੱਲੇ ਜਾਂਦੇ ਆ ਜਮੀਨ ਸਾਡੇ ਕੋਲ ਥੋੜੀ ਆ ਜਮੀਨ ਨਹੀਂ ਵੀ ਸਾਡੇ ਕੋਲ ਕੋਈ 40 50 ਕਿਲਾ ਜਮੀਨ ਆ ਵੇਖਣ ਨੂੰ ਲੱਗਦਾ ਵੀ 40 50 ਕਿਲਾ ਦੇ ਮਾਲਕ ਹੋਣ ਸਭ ਤੋਂ ਵੱਡੀ ਗੁੱਠੀ ਤੋਂ ਡੀ ਲੱਗਦੀ ਐਂ ਲੱਗਦਾ ਸਭ ਤੋਂ ਵੱਡੇ ਸਰਦਾਰ ਹੀ ਆ ਸਰਦਾਰ ਤਾਂ ਅਸੀਂ ਜ਼ਰੂਰ ਵੱਡੇ ਆ ਪਰ ਜਮੀਨ ਦਿਲ ਦੇ ਵੱਡੇ ਹਾਂ ਦਿਲ ਦੇ ਸਰਦਾਰ ਹਾਂ ਦਿਲ ਦੇ ਸਰਦਾਰੋਂ ਮੱਕੀ ਆ ਢਾਈ ਕਿਲੇ ਜ਼ਮੀਨ ਆ ਸਾਰੀ ਤੇ ਬਾਕੀ ਕਿਰਪਾ ਮਾਲਕ ਦੀ ਏਡੀ ਨਹੀਂ ਗੱਲ ਜੇ ਵਿਆਹ ਸਾਲ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਤੇ ਕੋਈ ਗੱਲ ਨਹੀਂ ਉਹਦੀ ਕਿਰਪਾ ਹਾਂਜੀ ਇਹ ਇੱਥੇ ਹਾਲਾਤ ਨੇ ਤੁਸੀਂ ਦੇਖ ਰਹੇ ਹੋਗੇ ਸਾਰਾ ਪਿੰਡ ਡੁੱਬਿਆ ਪਿਆ ਤੇ ਹਾਲਾਤ ਬਦ ਤੋਂ ਬੱਤਰ ਨੇ ਲੋਕਾਂ ਦੀ ਮੰਗ ਆ ਜਿਹੜੀ ਬਾਰ-ਬਾਰ ਜਿਹੜਾ ਅਸੀਂ ਕਹਿ ਰਹੇ ਆ ਪਾਣੀ ਦੁੱਧ ਤੇ ਚਾਰਾ ਮਤਲਬ ਚਾਰਾ ਕੀ ਚਰੀ ਲਿਆਓ ਬਾਜਰਾ ਲਿਆਓ ਅੱਜਕੱਲ ਜਿਹੜੀਆਂ ਹਰੀਆਂ ਫਸਲਾਂ ਹੁੰਦੀਆਂ ਨੇ ਰਸਤੇ ਰਸਤੇ 'ਚ ਨਾ ਬੰਡੋ ਕਹਿੰਦੇ ਰਸਤੇ 'ਚ ਨਾ ਬੰਡੋ ਜਿੱਥੇ ਲੋਡ ਆ ਲੋਕ ਰਾਹ ਜਿਨ੍ਹਾਂ ਨੂੰ ਲੋਡ ਵੀ ਨਹੀਂ ਉਹ ਲਈ ਜਾਂਦੇ ਨੇ ਅਸੀਂ ਦੇਖਦੇ ਹਾਂ ਕਈ ਵਾਰ ਜਿਹੜੇ ਲੋਕ ਪਹੁੰਚ ਰਹੇ ਨੇ ਸੇਵਾ ਲੈ ਕੇ ਜਿਹੜੇ ਤਾਂ ਜਾਣਕਾਰ ਨੇ ਐਨ ਜੀਓ ਵਾਲੇ ਉਹਨਾਂ ਨੂੰ ਤਾਂ ਪਤਾ ਜਿਹੜੇ ਨਹੀਂ ਜਾਣਕਾਰ ਉਹਨਾਂ ਨੂੰ ਦੇ ਜਾਂਦੇ ਨੇ ਇੱਕ ਫਾਰਮੈਲਟੀ ਕਰਨ ਲਈ ਜਿਨ੍ਹਾਂ ਨੂੰ ਲੋਡ ਨਹੀਂ ਹੁੰਦੀ ਜਿਹੜੇ ਜ਼ਿਲ੍ਹੇ ਬਿਲਕੁਲ ਕੰਨੀ ਤੇ ਪਏ ਨੇ ਉਹਨਾਂ ਤੱਕ ਕੋਈ ਨਹੀਂ ਪਹੁੰਚਦਾ ਤਾਂ ਜ਼ਰੂਰੀ ਹੈ ਉਹਨਾਂ ਤੱਕ ਪਹੁੰਚਣ ਦੀ